ਚੰਡੀਗੜ੍ਹ ਤੋਂ ਹੁਣ ਸਿੱਧਾ ਅਯੋਧਿਆ ਧਾਮ ਦੀ ਜਿਹੜੀ ਬੱਸ ਸਰਵਿਸ ਹੈ ਉਹ ਸ਼ੁਰੂ ਹੋ ਚੁੱਕੀ ਹੈ। ਸੀਟੀਯੂ ਵੱਲੋਂ ਇਹਨੂੰ ਸ਼ੁਰੂਆਤ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 17 ਬੱਸ ਸਟੈਂਡ ISBT ਤੋਂ ਇਹ ਦੁਪਹਿਰ 1:30 ਵਜੇ ਚੱਲੂਗੀ। ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਤੋਂ ਦਿੱਲੀ, ਆਨੰਦ ਵਿਹਾਰ, ਮੁਰਾਦਾਬਾਦ, ਬਰੇਲੀ ਹੁੰਦੇ ਹੋਏ ਸੀਤਾਪੁਰ, ਲਖਨਊ, ਇਹ AC ਬੱਸ ਹੈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ, ਜਿਸ ਦੀ ਸ਼ੁਰੂਆਤ ਕੀਤੀ ਗਈ ਹੈ। ਔਰ ਕਰੀਬ 18 ਘੰਟੇ ਦੇ ਸਫ਼ਰ ਤੋਂ ਬਾਅਦ ਇਹ ਸਿੱਧਾ ਅਯੋਧਿਆ ਧਾਮ ਪਹੁੰਚੇਗੀ ਔਰ ਇਹਦੀ ਪੂਰੀ ਲਿਸਟ ਤਿਆਰ ਕੀਤੀ ਗਈ ਹੈ। ਸ਼ੁਰੂਆਤ ਕੀਤੀ ਗਈ ਹੈ ਸੈਕਟਰ 17 ਬੱਸ ਸਟੈਂਡ ਤੋਂ, ਪੂਰੀ AC ਬੱਸ ਦੀ ਸੁਵਿਧਾ ਦਿੱਤੀ ਗਈ ਹੈ। 1:30 ਵਜੇ ਇਹ ਚੰਡੀਗੜ੍ਹ ਤੋਂ ਨਿਕਲੂਗੀ ਔਰ 7:30 ਵਜੇ ਦਿੱਲੀ ਆਨੰਦ ਵਿਹਾਰ, ਉਸ ਤੋਂ ਬਾਅਦ 10 ਵਜੇ ਗਾਜ਼ੀਆਬਾਦ ਅਤੇ 10:45 ਮੁਰਾਦਾਬਾਦ, 12:35 ਬਰੇਲੀ, 3:45 ਸੀਤਾਪੁਰ, ਸਵੇਰੇ 5:35 ਦੇ ਲਖਨਊ ਔਰ 8:30 ਵਜੇ ਅਯੋਧਿਆ ਧਾਮ, ਯਾਨੀ ਕਿ ਦੂਜੇ ਦਿਨ ਇਹ ਅਯੋਧਿਆ ਧਾਮ ਜਿਹੜੀ ਹੈਗੀ ਉੱਥੇ ਪਹੁੰਚੇਗੀ। ਇਹ ਤਸਵੀਰਾਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਔਰ 1706 ਰੁਪਏ ਇਹਦਾ ਜਿਹੜਾ ਫੇਅਰ ਹੈ ਉਹ ਦੱਸਿਆ ਗਿਆ ਤੇ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਇਹ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਇਹ ਬੱਸ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਲੋਕਾਂ ਚ ਕਾਫੀ ਐਕਸਾਈਟਮੈਂਟ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਲਗਾਤਾਰ ਇਹ ਡਿਮਾਂਡ ਸੀ ਕਿ ਚੰਡੀਗੜ੍ਹ ਤੋਂ ਇੱਕ ਬੱਸ ਅਯੋਧਿਆ ਧਾਮ ਵਾਸਤੇ ਸ਼ੁਰੂ ਕੀਤੀ ਜਾਵੇ। ਹਾਲਾਂਕਿ ਲੋਕਾਂ ਦੀ ਸ਼ੁਰੂਆਤ ਦੇ ਦਿਨ ਤੋਂ ਹੀ ਕਾਫੀ ਜ਼ਿਆਦਾ ਡਿਮਾਂਡ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਤੇ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਹੜੇ ਇੱਥੇ ਦੇ ਮੈਨੇਜਮੈਂਟ ਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਮਲਕੀਤ ਜੀ, ਸ਼ੁਰੂਆਤ ਕੀਤੀ ਗਈ ਹੈ, ਕਿਸ ਤਰ੍ਹਾਂ ਦਾ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਰੁਝਾਨ ਲੋਕਾਂ 'ਚ? ਐਕਸਾਈਟਮੈਂਟ ਹੈ ਲੋਕਾਂ 'ਚ, ਬਹੁਤ ਰੁਝਾਨ ਦੇਖਣ ਨੂੰ ਮਿਲਿਆ। ਸਵਾਰੀਆਂ ਐਡਵਾਂਸ ਆਣ ਕੇ ਪੁੱਛਦੀਆਂ ਵੀ ਅਯੋਧਿਆ ਜਾਣੇ ਖਾਤਰ ਸਾਨੂੰ ਗੱਡੀਆਂ ਤੋਂ। ਕਿੰਨੀ ਕੁ ਬੱਸਾਂ ਜਿਹੜੀ ਹੈਗੀ ਸ਼ੁਰੂਆਤ? CTU ਨੇ 3 ਬੱਸਾਂ ਲਾਈਆਂ ਹਾਲੇ। ਠੀਕ ਹੈ, ਹਾਂਜੀ, 3 ਬੱਸਾਂ ਲਾਈਆਂ। ਪਹਿਲੀ ਵਾਰ ਦਾ 1:30 ਵਜੇ ਟਾਈਮ ਆ। ਠੀਕ ਹੈ, ਹਾਂਜੀ, 1:30 ਵਜੇ ਸ਼ੁਰੂ ਹੈਗਾ ਸੀ। 1:30 ਵਜੇ ਜਦੋਂ ਇੱਥੋਂ ਜਾਏਗੀ ਦਿੱਲੀ ਤੇ ਲਖਨਊ, ਆਪਣਾ ਸਿੱਤਕਪੁਰ, ਸੀਤਾਪੁਰ, ਬਰੇਲੀ। ਹਾਂਜੀ, ਤੇ ਚਰਨਜੀਤ, ਪੂਰਾ ਰੂਟ ਜਿਹੜਾ ਹੈਗਾ ਜਿੱਦਾਂ ਮਲਕੀਤ ਜੀ ਵੀ ਦੱਸ ਰਹੇ ਸੀਗੇ, ਪੂਰਾ ਰੂਟ ਤਿਆਰ ਕੀਤਾ ਗਿਆ? ਹਾਂਜੀ, ਗਾਜ਼ੀਆਬਾਦ ਜੀ, ਮੁਰਾਦਾਬਾਦ, ਠੀਕ ਹੈ, ਬਰੇਲੀ, ਸੀਤਾਪੁਰ, ਲਖਨਊ, ਅਯੋਧਿਆ। ਠੀਕ ਹੈ, ਯਾਨੀ ਕਿ ਦੂਜੇ ਦਿਨ ਸਵੇਰੇ 8:30 ਵਜੇ ਇਹ ਅਯੋਧਿਆ ਧਾਮ ਪਹੁੰਚੇਗੀ। ਠੀਕ ਹੈ, ਔਰ ਫੈਸਿਲਿਟੀ ਕਿਸ ਤਰ੍ਹਾਂ ਦੀ ਦਿੱਤੀ ਹੈ? AC ਬੱਸ ਹੈ? AC ਹੈ ਜੀ, AC ਬੱਸ ਹੈ। ਯਾਨੀ ਕਿ 3 ਬੱਸਿਸ ਟੋਟਲ ਜਿਹੜੀ ਹੈ ਉਹ ਰੂਟ ਤੇ ਚੱਲਣਗੀਆਂ? ਹਾਂ, 3 ਬੱਸ ਚੱਲਦੀਆਂ। 18 ਘੰਟੇ ਦਾ ਸਫ਼ਰ? 18 ਘੰਟੇ ਸਫ਼ਰ। ਔਰ ਫੇਅਰ ਕਿੰਨਾ ਕੁ ਰੱਖਿਆ ਇਹਦਾ? 1706 ਰੁਪਏ ਜੀ। 1706 ਰੁਪਏ, ਠੀਕ ਹੈ। 1706 ਜਿਹੜਾ ਇਹਦਾ ਫੇਅਰ ਰੱਖਿਆ ਗਿਆ ਜਿੱਦਾਂ ਇਹਨਾਂ ਨੇ ਵੀ ਜਾਣਕਾਰੀ ਦਿੱਤੀ ਔਰ ਪੂਰਾ ਰੂਟ ਦੱਸਿਆ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਦਿੱਕਤ ਨਾ ਹੋਵੇ ਔਰ ਪੂਰਾ ਇਹ ਨਵੀਂ ਬੱਸ ਜਿਹੜੀ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ। ਪੂਰੀ AC ਬੱਸ ਹੈ ਤੇ AC ਬੱਸ ਦਾ ਜਿਹੜਾ ਫੇਅਰ ਹੈ 1706 ਔਰ ਦਿੱਲੀ ਹੁੰਦੇ ਹੋਏ ਅੰਦਰ ਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ AC ਬੱਸ ਦੀ। ਦਿੱਲੀ ਚੰਡੀਗੜ੍ਹ ਤੋਂ ਸਿੱਧਾ ਦਿੱਲੀ, ਦਿੱਲੀ ਤੋਂ ਗਾਜ਼ੀਆਬਾਦ, ਗਾਜ਼ੀਆਬਾਦ ਤੋਂ ਮੁਰਾਦਾਬਾਦ, ਮੁਰਾਦਾਬਾਦ ਤੋਂ ਬਰੇਲੀ, ਬਰੇਲੀ ਤੋਂ ਸੀਤਾਪੁਰ, ਸੀਤਾਪੁਰ ਤੋਂ ਲਖਨਊ ਔਰ ਉਸ ਤੋਂ ਬਾਅਦ ਸਿੱਧਾ ਯਾਨੀ ਕਿ ਦੂਜੇ ਦਿਨ 8:30 ਵਜੇ ਅਯੋਧਿਆ ਧਾਮ ਇਹ ਪਹੁੰਚਣਗੀ। ਹਾਲਾਂਕਿ ਦੂਜੇ ਦਿਨ ਦਾ ਜਿਹੜਾ ਆਉਣ ਦਾ ਜਿਹੜਾ ਸਮਾਂ ਉਹ ਵੀ ਜਿਹੜਾ ਹੈਗਾ ਉਹ ਦੱਸਿਆ ਗਿਆ ਹੈ ਕਿ ਕਰੀਬ 3 ਤੋਂ 4 ਘੰਟੇ ਦੇ ਬਾਅਦ ਫਿਰ ਦੁਬਾਰਾ ਰਿਵਰਸ ਗੱਡੀ ਜਿਹੜੀ ਹੈ ਉਹ ਪਹੁੰਚਣਗੀਆਂ ਔਰ ਇਹ ਚੰਡੀਗੜ੍ਹ ਤੋਂ ਰੂਟ ਸ਼ੁਰੂਆਤ ਕੀਤੀ ਗਈ ਹੈ, ਚੰਡੀਗੜ੍ਹ ਤੋਂ ਅਯੋਧਿਆ ਧਾਮ ਵਾਇਆ ਦਿੱਲੀ ਹੁੰਦੇ ਹੋਏ ਔਰ ਇਹ CTU ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਇਹਦੇ ਵਿੱਚ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਇਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਐਕਸਾਈਟਮੈਂਟ ਲੋਕਾਂ ਦੀ ਕਾਫੀ ਦੇਖਣ ਮਿਲ ਰਹੀ ਹੈ ਕਿਉਂਕਿ ਅਯੋਧਿਆ ਧਾਮ ਨੂੰ ਲੈ ਕੇ ਕਾਫੀ ਜਿਹੜੇ ਸ਼ਰਧਾਲੂ ਨੇ, ਲੋਕ ਨੇ, ਉਹਨਾਂ ਦਾ ਸੀਗਾ ਡਿਮਾਂਡ ਸੀ ਕਿ ਇੱਥੋਂ ਅਯੋਧਿਆ ਧਾਮ ਦੀ ਸਿੱਧੀ ਜਿਹੜੀ ਬੱਸ ਸਰਵਿਸ ਉਹ ਦਿੱਤੀ ਜਾਏ, ਇਸ ਕਰਕੇ ਇਹਦੀ ਸ਼ੁਰੂਆਤ ਕੀਤੀ ਗਈ ਔਰ ਆਉਣ ਵਾਲੇ ਦਿਨਾਂ 'ਚ ਇਹਦੀ ਦੇਖਣ ਤੋਂ ਬਾਅਦ ਹੋਰ ਵੀ ਬੱਸ ਸਰਵਿਸ ਜਿਹੜੀ ਹੈ
ਹਾਂਜੀ ਪਰਦੁਮਨ ਸਿੰਘ ਦੀ ਬੜੀ ਦੇਣ ਹੈ। ਹਾਂ ਇਹ ਜਿਹੜੇ ਤੁਹਾਡੇ ਡਾਇਰੈਕਟਰ ਸਰ ਨੇ ਬਿਲਕੁਲ ਉਹਨਾਂ ਵੱਲੋਂ ਵੀ ਕਾਫੀ ਜ਼ੋਰ ਲਾਏ ਗਏ ਨੇ ਜਿੱਦਾਂ ਇਹਨਾਂ ਨੇ ਜਾਣਕਾਰੀ ਦਿੱਤੀ ਹੈ, ਔਰ ਇਹਦੇ ਵਿੱਚ ਹੋਰ ਵੀ ਆਉਣ ਵਾਲੇ ਸਮੇਂ 'ਚ ਦੇਖਣ ਕੋ ਕਈ ਲੋਕਾਂ ਦੀ ਹੋਰ ਐਕਸਾਈਟਮੈਂਟ ਹੈ, ਉਸ ਨੂੰ ਹੋਰ ਵੀ ਵਧਾਇਆ ਜਾ ਸਕਦਾ। ਚੰਡੀਗੜ੍ਹ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।